ਨਿਊਜ਼ੀਲੈਂਡ ਦੇ ਵਿੱਚ ਅਫਗਾਨਿਸਤਾਨ ਦੀ 21 ਸਾਲਾ ਫਰਜ਼ਾਨਾ ਜਕੋਵੀ ਦੇ ਕਤਲ ਦੇ ਦੋਸ਼ ਵਿੱਚ ਪੰਜਾਬੀ ਮੂਲ ਦੇ 30 ਸਾਲਾ ਕਮਲਪਾਲ ਸਿੰਘ ਨੂੰ ਆਕਲੈਂਡ ਵਿੱਚ ਹਾਈ ਕੋਰਟ ਵਿੱਚ ਪੇਸ਼ ਹੋਣ ਤੋਂ ਬਾਅਦ ਘੱਟੋ ਘੱਟ 17 ਸਾਲ ਦੀ ਗੈਰ ਪੈਰੋਲ ਮਿਆਦ ਦੇ ਨਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਮਲਪਾਲ ਸਿੰਘ ਨੇ ਪਿਛਲੇ ਸਾਲ ਦਸੰਬਰ ਵਿੱਚ ਆਪਣੇ ਮੈਸੀ ਵੈਸਟ ਆਕਲੈਂਡ ਘਰ ਦੇ ਨੇੜੇ ਇੱਕ ਗਲੀ ਦੇ ਵਿੱਚ 21 ਸਾਲਾ ਯਕੂਬੀ 'ਤੇ ਉਦੋਂ ਹਮਲਾ ਕੀਤਾ ਜਦੋਂ ਉਹ ਕੰਮ ਤੋਂ ਘਰ ਨੂੰ ਵਾਪਸ ਜਾ ਰਹੇ ਸੀ। ਨਿਊਜ਼ੀਲੈਂਡ ਹੈਰਾਲਡ ਦੀ ਖਬਰ ਮੁਤਾਬਕ ਕਮਲਪਾਲ ਸਿੰਘ ਪਿਛਲੇ 2 ਸਾਲਾਂ ਤੋਂ ਲੜਕੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ, ਜਿਸ ਵਿੱਚ ਚਿਹਰੇ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਵੀ ਸ਼ਾਮਲ ਹੈ। ਫਿਲਹਾਲ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਕਮਲਪਾਲ ਸਿੰਘ ਨੇ ਫਰਜ਼ਾਨਾ ਯਕੂਬੀ ਦਾ ਕਤਲ ਕਿਉਂ ਕੀਤਾ ਸੀ। ਉਸ ਨੂੰ 20 ਦਸੰਬਰ 2022 ਨੂੰ ਯਕੂਬੀ ਦੇ ਕਤਲ ਤੋਂ ਇੱਕ ਦਿਨ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਸਰਕਾਰੀ ਵਕੀਲਾਂ ਨੇ ਸੁਣਵਾਈ ਲਈ ਤਿਆਰ ਕੀਤੀ ਗਈ ਰਿਪੋਰਟ ਨੂੰ ਪੜ੍ਹਦੇ ਹੋਏ ਕਿਹਾ ਕਿ ਅਪ੍ਰੈਲ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ ਉਸ ਵਿੱਚ ਪਛਤਾਵੇ ਦੀ ਘਾਟ ਹੈਰਾਨ ਕਰਨ ਵਾਲੀ ਹੈ। ਕਮਲਪਾਲ ਸਿੰਘ ਦੇ ਮਾਪੇ ਭਾਰਤ ਦੇ ਵਿੱਚ ਰਹਿੰਦੇ ਹਨ। ਯਕੂਬੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਯਕੂਬੀ ਆਕਲਨ ਯੂਨੀਵਰਸਿਟੀ ਆਫ ਟੈਕਨੋਲੋਜੀ ਵਿੱਚ ਵਕਾਲਤ ਦੀ ਪੜ੍ਹਾਈ ਕਰ ਰਹੀ ਸੀ। ਉਸਦੇ ਪਿਤਾ ਕਈ ਸਾਲਾਂ ਤੋਂ ਤਾਲਿਬਾਨ ਹਕੂਮਤ ਤੋਂ ਬਚ ਕੇ ਸ਼ਰਨਾਰਥੀ ਦੇ ਤੌਰ 'ਤੇ ਅਫਗਾਨਿਸਤਾਨ ਤੋਂ ਨਿਊਜ਼ੀਲੈਂਡ ਆਏ ਸਨ। ਯਕੂਬੀ ਤੋਂ ਇਲਾਵਾ ਉਸਦੇ 2 ਭਰਾ ਅਤੇ 3 ਭੈਣਾਂ ਹੋਰ ਹਨ। ਇੱਥੇ ਗੱਲ ਜ਼ਿਕਰਯੋਗ ਹੈ ਕਿ ਜਿਸ ਵੇਲੇ ਕਮਲਪਾਲ ਸਿੰਘ ਨੇ ਯਕੂਬੀ ਦਾ ਕਤਲ ਕੀਤਾ ਸੀ, ਉਸ ਵੇਲੇ ਉਹ ਨਿਊਜ਼ੀਲੈਂਡ ਦੇ ਵਿੱਚ ਗੈਰ ਕਾਨੂੰਨੀ ਤੌਰ 'ਤੇ ਰਹਿ ਰਿਹਾ ਸੀ। ਪਹਿਲਾਂ ਪੁਲਿਸ ਦੀ ਢਿੱਲੀ ਕਾਰਵਾਈ ਅਤੇ ਫਿਰ INZ ਵੱਲੋਂ ਕਮਲਪਾਲ ਸਿੰਘ ਨੂੰ ਇਹ ਪਤਾ ਹੋਣ ਦੇ ਬਾਵਜੂਦ ਕਿ ਉਹ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਉਸ ਨੂੰ ਨਿਊਜ਼ੀਲੈਂਡ ਤੋਂ ਸਮਾਂ ਰਹਿੰਦਿਆਂ ਡਿਪੋਰਟ ਨਹੀਂ ਕੀਤਾ ਗਿਆ ਅਤੇ ਕਿਤੇ ਨਾ ਕਿਤੇ ਫਰਜ਼ਾਨਾ ਦੀ ਮੌਤ ਦਾ ਕਾਰਨ ਬਣਿਆ। ਕਮਲਪਾਲ ਸਿੰਘ 2015 ਤੋਂ 2022 ਤੱਕ ਨਿਊਜ਼ੀਲੈਂਡ ਵਿੱਚ ਸਟੱਡੀ ਵੀਜ਼ਾ ਅਤੇ ਵਰਕ ਵੀਜ਼ਾ 'ਤੇ ਰਹਿ ਰਿਹਾ ਸੀ, ਪਰ ਨਵੰਬਰ 2022 ਦੇ ਵਿੱਚ ਉਸਦੀ ਸਕਿੱਲ ਵਰਕ ਵੀਜ਼ਾ ਦੀ ਐਪਲੀਕੇਸ਼ਨ ਰੱਦ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਸਨੇ ਕਰੈਕਟਰ ਵੇਵਰ ਦੀ ਗੁਹਾਰ ਲਾਉਂਦਿਆਂ ਇਮੀਗ੍ਰੇਸ਼ਨ ਮਿਨਿਸਟਰ ਤੱਕ ਪਹੁੰਚ ਕਰਕੇ ਆਪਣੀ ਡਿਪੋਰਟੇਸ਼ਨ ਰੋਕਣੀ ਚਾਹੀ, ਪਰ ਉਸਦੀ ਇਹ ਅਪੀਲ ਵੀ ਰੱਦ ਕਰ ਦਿੱਤੀ ਗਈ ਸੀ ਅਤੇ ਉਸਨੂੰ ਨਵੰਬਰ 2022 ਦੇ ਵਿੱਚ ਡਿਪੋਰਟ ਕਰਨ ਦੀ ਸੂਚਨਾ ਦਿੱਤੀ ਗਈ ਸੀ। ਉਸਨੂੰ ਮਰਜ਼ੀ ਨਾਲ ਜਾਂ ਸਰਕਾਰੀ ਮਦਦ ਨਾਲ ਨਿਊਜ਼ੀਲੈਂਡ ਛੱਡਣ ਦੀ ਪੇਸ਼ਕਸ਼ ਵੀ ਕੀਤੀ ਗਈ ਸੀ। ਕਮਲਪਾਲ ਨੇ INZ ਨਾਲ ਸੰਪਰਕ ਨਹੀਂ ਕੀਤਾ ਅਤੇ ਦਸੰਬਰ 2022 ਨੂੰ ਉਸਦੇ ਨਾਮ ਡਿਪੋਰਟੇਸ਼ਨ ਆਰਡਰ ਜਾਰੀ ਕਰ ਦਿੱਤੇ ਗਏ ਸਨ। ਇਹ ਉਹੀ ਮਹੀਨਾ ਸੀ ਜਦੋਂ ਕਮਲਪਾਲ ਸਿੰਘ ਨੇ ਫਰਜ਼ਾਨਾ ਯਕੂਬੀ ਦਾ ਕਤਲ ਕੀਤਾ ਸੀ।